ਫਾਰਮ ਕਰ ਰਿਹਾ ਤੇ ਲੈਣਾ ਹੈ ਤੂੰ ਉਸ ਤੋਂ ਕਿਨੂੰ ਚਲਾ ਹਾਂ ਸੈਲਫ ਨਹੀਂ ਤੂੰ ਹੈ ਨਹੀਂ ਸਹੀ ਹਾਂ ਇੱਕ 170 ਦਾ ਟਾਰਗੇਟ ਹੋਵੇ ਫਿਰ ਤੇ ਨੀ ਮਗਰ ਨਹੀਂ ਚਾਹਤੇ ਮੈਂ ਸੰਭਲ ਉਹ ਭਾਈ ਨਮਾ ਦੇ ਕਰੇ ਉਹ ਇੱਕ ਬਹੁਤ ਖਤਮਾ ਉਹ ਫਲੋ ਦਾ ਉਹ ਵੀ ਹੋਇਆ ਵਰਨਾ ਉਹਨਾਂ ਮੈਂ ਜੀ ਚਿਕਿਆ ਉਹਨਾਂ ਦੀ ਆਪਣੀ ਵੀ ਕਿਉਂ ਹੁੰਦਾ ਤੇ ਲੈ ਗਿਆ ਲੈ ਗਿਆ ਓ ਵਾਟ ਆ ਗ੍ਰੇਟ ਸਿਕਸ ਸਫਦਰ ਹੁਸੈਨ ਡਰਾਈਵਰ 35 ਇਹ ਜਨਾਬ ਵਾਲੇ ਮੈਚ ਹੋ ਰਿਹਾ ਹਰਲ ਕੰਪਲੈਕਸ ਦੇ ਵਿੱਚ ਟੂਰਨਾਮੈਂਟ ਦਾ ਮੈਚ ਹੈ ਸਲਾਰਾ ਕ੍ਰਿਕਟ ਕਲੱਬ ਇੱਕ ਮੈਚ ਜਿੱਤ ਚੁੱਕੇ ਹਨ ਦੂਸਰਾ ਮੈਚ ਜਨਾਬ ਸਟਾਰਟ ਹੈ ਸਫਦਰ ਬੜਾ ਜ਼ਬਰਦਸਤ ਸਿਕਸ ਮਾਰਿਆ ਜਨਾਬ ਮਿਡ ਆਫ 'ਤੇ ਜੀ ਜਨਾਬ ਮੁਦਸਰ ਫੇਸ ਕਰ ਰਹੇ ਹਨ ਓ ਕੈਚ ਹੋਣ ਦਾ ਖਦਸ਼ਾ ਜਨਾਬ ਅਲ ਕੈਚ ਵੈਰੀ ਗੁੱਡ ਕਮੈਂਟਰੀ ਲਾਈਨ 'ਤੇ ਆ ਮੇਰੇ ਨਾਲ ਮੌਜੂਦ ਹਨ ਜਨਾਬ ਅਲੀ ਮੇਰੇ ਉਸਤਾਦ ਮੋਹਤਰਮ ਕਪਤਾਨ ਇਮਰਾਨ ਕੁਰੇਸ਼ੀ ਸਲਾਰਾ ਸਾਹਿਬ ਮਿਹਰਬਾਨੀ ਮਲਕ ਸਾਹਿਬ ਬਹੁਤ ਸ਼ੁਕਰੀਆ ਔਰ ਮੇਰੇ ਨਾਲ ਪਾਰਟੀਸਪੇਟ ਵੀ ਇਨਸ਼ਾਅੱਲਾ ਕਰਨਗੇ ਬਹੁਤ ਸ਼ੁਕਰੀਆ ਇਹ ਸਾਡੇ ਚਨਿਓਟ ਦੇ ਜਨਾਬ ਅਲੀ ਕ੍ਰਿਕਟ ਦਾ ਇੱਕ ਬਹੁਤ ਵੱਡਾ ਨਾਮ ਹੈ ਕੈਪਟਨ ਇਮਰਾਨ ਸਲਾਰਾ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਔਰ ਕਿਸੇ ਤਰਫ ਦੇ ਮੁਹਤਾਜ ਨਹੀਂ ਹੈ ਬਹੁਤ ਸ਼ੁਕਰੀਆ ਮਲਕ ਸਾਹਿਬ ਜੀ ਆਪਕੀ ਮੁਹੱਬਤ ਹੈ ਅੱਲਾ ਖੁਸ਼ ਰੱਖੇ ਆਪਕੋ ਚਾਲੀਆਂ ਉੱਤੇ ਇੱਕ ਸਕੋਰ ਚੌਥੇ ਓਵਰ ਦੀਆਂ ਦੋ ਬਾਲਾਂ ਹੋ ਚੁੱਕੀਆਂ ਹਨ ਪਹਿਲੀ ਬਾਲ 'ਤੇ ਮੁਦਸਰ ਸਿਕਸ ਮਾਰਿਆ ਔਰ ਦੂਸਰੀ ਬਾਲ 'ਤੇ ਜਨਾਬ ਆਊਟ ਹੋ ਗਏ ਔਰ ਉਹਨਾਂ ਦੇ ਜਨਾਬ ਵਾਲੇ ਬਰਾਦਰ ਹਕੀਕੀ ਮੁਬਸ਼ਿਰ ਸਲਾਰਾ ਓ ਵੈਲ ਡਨ ਵਾਟ ਆ ਸਿਕਸ ਕੈਚ ਕੈਚ ਹੋ ਗਿਆ ਜਨਾਬ ਬੜੀਆਂ ਉਮੀਦਾਂ ਵਿਵਸਥਾ ਮੁਬਸ਼ਿਰ 'ਤੇ ਲੇਕਿਨ ਪਹਿਲੀ ਬਾਲ ਖੇਡੀ ਮਿਡ ਆਨ 'ਤੇ ਕੈਚ ਦੇ ਦਿੱਤਾ ਜੀ ਹਰਲ ਕੰਪਲੈਕਸ ਸਾੜ ਮੁਰਾਦ ਵਾਲਾ ਉੱਥੇ ਜੀ ਮਾਰ ਚਾਂਦ ਗਰਾਊਂਡ ਬਣਾਇਆ ਜਨਾਬ ਇੰਤਹਾ ਦਾ ਗਰਾਊਂਡ ਹੈ ਇੰਟਰਨੈਸ਼ਨਲ ਲੈਵਲ ਦਾ ਗਰਾਊਂਡ ਹੈ ਔਰ ਇਹ ਮੈਚ ਹੋ ਰਿਹਾ ਜਨਾਬ ਮੋਣਾ ਕ੍ਰਿਕਟ ਲੀਗ ਬਾਲਰ ਜਨਾਬ ਭੱਜਦੇ ਹੋਏ ਆ ਜਨਾਬ ਗਏ ਔਰ ਕਾਰੀ ਸ਼ਬੀਰ ਫੇਸ ਕੀਤਾ ਜਨਾਬ ਅਲੀ ਸਿੰਗਲ ਹੋ ਸਕਦਾ ਕਿ ਡਬਲ ਵੀ ਲੈ ਲਵੇ ਬਹੁਤ ਤੇਜ਼ ਭੱਜਦਾ ਇਹ ਨਾਰ ਹੈ ਪੂਰੀ ਪੂਰੀ ਨਾਰ ਹੈ ਹਰ ਸਾਲ ਇੱਕ ਬੰਦਾ ਲੈਂਦੀ ਹੈ ਜਿਵੇਂ ਨਾਰ ਇਹ ਹਰ ਸਾਲ ਹਰ ਮੈਚ ਦੇ ਵਿੱਚ ਇੱਕ ਬੰਦਾ ਲੈਂਦਾ ਹੈ ਫੇਸ ਕਰ ਰਹੇ ਜਨਾਬ ਸਫਦਰ ਸਾਹਿਬ ਓ ਵਾਟ ਆ ਸਿਕਸ ਵਾਹ ਕਿਆ ਗ੍ਰੇਟ ਸਿਕਸ ਯਾਰ ਮਾਰਿਆ ਕਮਾਲ ਕਰ ਦਿੱਤਾ ਹੈ ਭਾਈਜਾਨ ਗੇਂਦ ਜਿਹੜੀ ਹੈ ਨਾ ਉਹ ਗਰਾਊਂਡ ਤੋਂ ਬਾਹਰ ਹੈ ਨਾਲ ਨਾਰ ਹੈ ਅਤੇ ਪੱਕੀਓ ਪਾਰ ਗੇਂਦ ਕਮਾਨ ਦੇ ਵਿੱਚ ਵੱਗ ਗਈ ਹੈ ਬਹੁਤ ਲੰਮਾ ਛੱਕਾ ਮਾਰਿਆ ਭਾਈ ਜੀ ਇੰਗਲਿਸ਼ ਵਿੱਚ ਉਰਦੂ ਵਿੱਚ ਹਿੰਦੀ ਸਾਰੀਆਂ ਤੁਸੀਂ ਕਮੈਂਟਰੀਆਂ ਸੁਣਦੇ ਹੋ ਪਹਿਲੀ ਦਫ਼ਾ ਜਨਾਬ ਵਾਲੀ ਤੁਹਾਨੂੰ ਪੰਜਾਬੀ ਵਿੱਚ ਕਮੈਂਟਰੀ ਸੁਣਾ ਰਿਹਾ ਅਤੇ ਮੇਰੇ ਯੂਟਿਊਬ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਓ ਵੈਰੀ ਯਾਰਕ ਬਿਊਟੀਫੁੱਲ ਯਾਰਕਰ ਔਰ ਜੀ ਚਾਰ ਓਵਰਾਂ ਦਾ ਖੇਲ ਮੁਕੰਮਲ ਔਰ ਸਰਕੋਰ ਔਰ ਸਕੋਰ 48 ਦੋ ਘੱਟ 50 8 ਓਵਰ ਦਾ ਖੇਲ ਹੈ
4 ओवर मुकम्मल 2 घट 50 रन। इस तरह तकरीबन 100 दे राउंड अबाउट इस एवरेज नाल 100 दे राउंड अबाउट स्कोर बन रहा है। बॉलर भजिया अंपायर नु क्रॉस कीता बॉल वगाई ओ वाडा सिक्स ओ वाडा 4 4 4 चौका हो गया जी। हां जी चौका 4 चौके नहीं आंदे हेलो चौका भाई चौका चाचा भी आ खड़ा चौका लाइव चलता पया जनाब बॉलर भजिया अंपायर नु क्रॉस कीता बाल वगाई ओ कर ही सामने हाय 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 बिल्कुल नहीं ए ठीक हो गया जनाब सिंगल हो गया। इस तरह स्कोर हो गया जनाब 42 उत्ते 50 बालार भजू है लाए हे ओ बाज बगी है ए बाल सटे खाली काट छड़ियो बल्कि वाइड होगी बाल अंपायर दा इशारा वाइड बाल फैसल याद साहब उर्फ नाजिम राणे दे बड़े शौकीन इस वक्त सलारा सीसी और मेरे ख्याल में बोलो इस वक्त सलारा सीसी और फैसला हो रहा है मैच जो है ना हो गया पहली इनिंग बिल्कुल झूठ बोलता पया ने पहली इनिंग हां तो पहली इनिंग पांचवा ओवर जनाब अली पहली इनिंग दे आखिरी मरे लेन ना कितना है उनके बॉलर दौड़या अगू है सफदारो देखो जी ओ माय गॉड ए कैच होवन दा खतरा जी बिल्कुल जबरदस्त बहुत ब्यूटीफुल नो बॉल थी और नो बॉल फ्री हिट थी इस पर कैच हुआ एक रन बना तो सलारा सीसी का यहाँ पर रन जो है ना कितना हो गया 60 नहीं मैं बोलना ना बोलना नहीं 60 स्कोर हो गया 60 स्कोर हो गया उन सामना है जी कारी शबीर जो कि सलारा सीसी और माया नाज बेस्टमैन है उनकी खलोनी देखे वाह और एक बार फिर फुल टॉस और कारी शबीर ने भी कैच दे दिया लेकिन अंपायर का इशारा ये बॉल नो नहीं है। वाह भाई वाह क्या बात है कुत्ते का मैं मुझे तो ये बताएं तेल कैमरा मार और वेड बॉल कीपर दे मगरले बड़ी फील्ड की है कारी शबीर तो बाद जनाब राजू सलारा सीसी दे बहुत ही माया नाज बैट्समैन बल्कि ऑलराउंडर यंग स्टार ये तो कहना यंग स्टार ये भी मैं आख रहा हूँ यंग स्टार है और गैप शॉट पीछे क्लिक मारिया फ्लिक पंजाबी दे विच हुंदा है दूजा अपना किक मारना इंग्लिश है फ्लिक ओवर कटोस 61 स्कोर ते 5 ओवर दा खेड मुकम्मल बॉलर बना अंपायर नु क्रॉस कीता बॉल सट्टी और व्हाट अ सिक्स वेल डन राजू सलारा सीसी के राजू जो के एक माया नाज बेस्टमैन है तू बंद है यार तू इवें मेहनत तू नहीं खला तू जे ले मेन बुलाना हुंदे यो अल्ले ते चलाई कर राजू बॉलर बना अंपायर क्रॉस कीता ओ हैट्रिक चांस थी छक्कों की लेकिन बॉल गोइंग टू मिड विकेट कोई बात नहीं राजू गुड कमबैक टू थ्रो जी नाज़रीन राजू इस वक्त मेरे नाल मौजूद हैं जनाब अली कैप्टन इमरान सरदार साहब और कमेंटेटर बॉल गोइंग क्रॉस टू अंपायर बॉल टू सफदर इट्स अ गुड फ्लिक शॉट बॉल्स
going to boundary land, but it's a good feeling this time and good throw. اس وقت میرے نال موجود ہیں جناب علی فیصل حیات عرف ناظم ایک طرف ینگ سٹار بیسٹ مین تو دوسری طرف ینگ سٹار بالر امپائر کو کراس کیا راجو راجو نے بہت ہی اچھا فلیک کیا اور او ویکھ لا ٹنگا چوا چھڑیاں شاباش شاباش آؤٹ ہو گیا بھائی آؤٹ ہو گیا اوئے 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 بہت اچھا شاٹ تھا یہاں پر بڑا نقصان ہوا سلارا سی سی کو ہاں جی مونا کرکٹ لیگ ہرل کمپلیکس ساڑ مراد والا نواں بیٹس مین اسد عرف کالا جناب بالر سٹار لیا بجن دی کوشش کیتی بج وگیا امپائر نو کراس کیتا اور بہت زبردست بال تے نال ہی ہک سکور تے بال ویلی وی ول کمنگ بیک آفٹر کمرشل اکھیاں ملاواں گی تے کی دیویں گا نیڑے تیرے آواں گی تے کی دیویں گا صبح گھر جاواں گی تے کی دیویں گا تے میرے نال مک لے سونیا واہ واہ تا کرو بالکل ٹھیک ہے لیکن سلارا سی سی دا سکور بہت کم ہے اے اے اللہ محمد رسول اللہ یا اللہ میری توبہ ہی ڈیر یا اللہ میری توبہ بیٹھی بلو بو ڈیر وڈے تے 12 سکور دینا چاہیے اس وقت اسد کالا جو ہے نا وہ بیٹنگ پہ ہیں اور انہوں نے ایک شاندار سکس لگایا ہے اور مجھے تو یہ خوف ہے کہیں 6 ہی نہ لگا دے اچھا واہ بھائی واہ مطلب تو ڈاکن دا کہ 6 بالے تے 6 چھکے نہ مارے کالا جو ہوتا ہے نا اوہ او مائی گاڈ میں تے انو اکساں کہ اے جناب علی ویسٹ انڈیز دا سیمی سیمی بالکل یہ آپ سیمی کہیں تو یہ بالکل واقعی سیمی مائی گوڈنس شاباش اسد اس کو کہتے ہیں اسد کالا فیوریٹ بالر فار اسد یہ بہت زبردست چھکا مارا جناب لیگ گل اسد نے اسد کلک گڈ شاٹ ٹو بال ٹو رنس for 6 once again bowlers going across to umpire ball to Asad it's a slower ball catch ovan da khatra it should be out it should be taken it's a good catch good catch zabardast batsman sorry bowler oye kithe vich vadya hai kidu di balan oh vidya bada bully نیو کمر ان ندیم وڈ یو لائک ٹو ٹیل می اباؤٹ سم ریمارکس اباؤٹ ندیم ضرور جناب ریمارک میں ضرور دے سکاں گیا جناب علی اس ٹائم وکٹ تے موجود ہیں جناب علی ندیم ندیم سلارا مانا منا ام اینو انا اتا اے او مانا انین شان ویلڈن ویلڈن سنگل اوئے نہیں سنیا جی بالکل اس ٹائم جناب سلارا سی سی دا سکور ہے دو گھٹ سو اٹھ گھٹ دو سو ہاں جی نوے اتنے دو جناب سکور انہوں کا ٹوٹل بانوے مطلب تے چھ کھلاڑی سلارا سی سی دے آؤٹ ہو چکے آخری اوور کا کھیل جاری ساری جناب بالر بنا اور صفدر فیس کر رہے ہیں نو تے چوکا چوکا جناب اس وقت جناب مونا کرکٹ لیگ ہرل کمپلیکس دے وچ ہو رہا ہے
ਔਰ ਸਲਾਰਾ ਸੀਸੀ ਦਾ ਸਕੋਰ ਹੋ ਗਿਆ ਜਨਾਬ ਅਲੀ 96 ਔਰ ਜਿਹੜਾ ਕਿ ਬਹੁਤ ਹੀ ਗਰੀਬੀ ਦਾਵੇ ਦਾ ਟਾਰਗੇਟ ਹੈ ਏ ਕੈਚ ਵਾਟ ਅ ਕੈਚ ਸਫਦਰ ਆਊਟ ਹਾਂਜੀ ਬਾਲਰ ਬਣਾ ਬਾਲ ਕਰਾਈ ਅੱਗੇ ਜਨਾਬ ਅਲੀ ਫੈਸਲ ਯਾਤ ਬਾਲ ਖਾਲੀ ਵੈਰੀ ਗੁੱਡ ਬਾਲ ਬਹੁਤ ਹੀ ਜ਼ਬਰਦਸਤ ਯੰਗ ਸਟਾਰ ਹੈ ਜਨਾਬ ਹਰਲ ਕੰਪਲੈਕਸ ਸਾਡ ਮੁਰਾਦ ਵਾਲਾ ਚੱਕ ਨੰਬਰ 13 ਚੱਕ ਨੰਬਰ 13 ਬਾਲਰ ਬਣਾ ਏ ਅਪਲੋਡ ਕੋਨੇ ਕੀਤੇ ਓ ਸਲਿਪ ਤੇ ਕੈਚ ਆਈ ਲੇਕਿਨ ਕੈਚ ਡ੍ਰਾਪ ਹੋ ਗਿਆ ਅੱਗੇ ਜਨਾਬ ਅਲੀ ਮੇਰਾ ਦੋਸਤ ਮੇਰਾ ਬੇਲੀ ਮੇਰਾ ਯਾਰ ਜਨਾਬ ਅਲੀ ਫੇਸ ਕਰ ਰਿਹਾ ਨਦੀਮ ਉਰਫ ਨਦੀਮ ਬ੍ਰੈਂਡ ਭਾਈਜਾਨ ਕੈਪਟਨ ਦਾ ਆਰਡਰ ਹੈ ਉਹਨਾਂ ਦਾ ਹੁਕਮ ਹੈ ਕਿ ਜਨਾਬ ਅਲੀ ਜਿਹੜੀ ਕਮੈਂਟਰੀ ਹੈ ਉਹ ਨਦੀਮ ਦੀ ਆਵਾਜ਼ ਵਿੱਚ ਕੀਤੀ ਜਾਵੇ ਔਰ ਮੈਂ ਕੋਸ਼ਿਸ਼ ਕਰਾਂਗਾ ਮਨਾ ਏ ਅਮੈ ਨੂੰ ਅਨਾਜ ਇਤਾ ਨੇ ਮਾਲ ਮੰਗਾਈ ਅੰਗੂ ਓਏ ਮੂੰਹ ਨੁੱਤੇ ਲੰਗੀ ਓਏ ਅੰਨਾ ਢਰਾ ਉਨਾ ਨਹੀਂ ਮੰਨਣਾ ਭਾਈ ਜਾਨ ਬਾਲਰ ਬਣਾ ਅੱਗੂ ਫੈਸਲਾ ਯਾਦ ਫੇਸ ਕਰ ਰਹੇ ਬਾਲ ਕੀਤਾ ਔਰ ਸਕੋਰ ਡਬਲ ਦੀ ਕੋਸ਼ਿਸ਼ ਕਰਦੇ ਪਰ ਮੇਰੇ ਖਿਆਲ ਦੇ ਮੁਤਾਬਿਕ ਵਾਹ ਬਾਈ ਵਾਹ ਵਾਹ ਬਾਈ ਵਾਹ ਆਊਟ ਔਰ ਇਸੇ ਤਰ੍ਹਾਂ ਜਨਾਬ ਅਲੀ ਸਲਾਰਾ ਸੀਸੀ ਦਾ ਸਕੋਰ ਟੋਟਲ ਹੋ ਗਿਆ ਸਕੋਰ ਦੱਸੀ ਇੱਕ ਪੂਰਾ 100 ਨਾ ਲੈਂਦਾ ਬੁੱਲੇ ਨਾ ਦਿੰਦਾ ਬੁੱਲੇ 100 ਦਾ ਟਾਰਗੇਟ ਸਲਾਰਾ ਸੀਸੀ ਨੇ ਦਿੱਤਾ ਹੈ 8 ਓਵਰਾਂ ਦੇ ਵਿੱਚ 100 ਸਕੋਰ ਦਾ ਟਾਰਗੇਟ ਦਿੱਤਾ ਹੈ ਸਲਾਰਾ ਸੀਸੀ ਨੇ ਜੀ ਮੋਹਣਾ ਕ੍ਰਿਕਟ ਲੀਗ ਜੋ ਕਿ ਸਾੜ ਮੁਰਾਦ ਵਾਲੇ ਦੇ ਵਿੱਚੋਂ ਖੇਡੀ ਜਾ ਰਹੀ ਹੈ ਖੁਰੜਿਆਣਾ ਦਾ ਕਲੱਬ ਬਾ ਮੁਕਾਬਲਾ ਸਲਾਰਾ ਸੀਸੀ ਮਿਰਜ਼ਾ ਫਿਜ਼ਾਨ ਕਾਸ ਪੈਂਡਾ ਤੈਯਬ ਜ਼ਫਰ ਜ਼ੀਸ਼ਾਨ ਮੁਹੰਮਦ ਫਰਿਆਦ ਹਾਫਿਜ਼ ਇਰਫਾਨ ਰਾਣਾ ਇਜਾਜ਼ ਮੀਆਂ ਵਸੀਮ ਨਈ ਮੁਗਲ ਪਤਾ ਹੀ ਹੈ ਮੇਰਾ ਅਲੀ ਰਾਂਝਾ ਅਲੀ ਰਾਂਝਾ ਠੀਕ ਹੋ ਗਿਆ ਜ਼ਫਰ ਇਕਬਾਲ ਓਕੇ ਹੋ ਗਿਆ ਸਾਡੇ ਨਾਲ ਮੌਜੂਦ ਹੈ ਜਨਾਬ ਅਲੀ ਖੁਰੜੀਆਂ ਵਾਲਾ ਕਲੱਬ ਦੇ ਜਨਾਬ ਰਾਣਾ ਇਜਾਜ਼ ਕੈਪਟਨ ਸਾਹਿਬ ਔਰ ਇਹਨਾਂ ਤੋਂ ਪੁੱਛਦੇ ਹਾਂ ਕਿ ਇਹਨਾਂ ਦੇ ਟਾਰਗੇਟ 100 ਦਾ ਇਹਨਾਂ ਨੂੰ ਟਾਰਗੇਟ ਮਿਲਿਆ ਹੈ ਔਰ ਇਹਨਾਂ ਦੇ ਪੁਆਇੰਟ ਆਫ ਵਿਊ ਲੈਂਦੇ ਹਾਂ ਜੀ ਰਾਣਾ ਸਾਹਿਬ ਮਾਸ਼ਾਅੱਲਾ 8 ਓਵਰ 'ਚ ਸਕੋਰ ਤੇ ਕੋਈ ਜ਼ਿਆਦਾ ਨਹੀਂ ਹੈਗਾ ਹਾਂਜੀ ਅਤੇ ਅੱਛੀ ਬੋਲਿੰਗ ਕੀਤੀ ਸਾਡੇ ਬੋਲਰਾਂ ਨੇ ਕੰਮ ਬੈਕ ਕੀਤਾ ਜ਼ਬਰਦਸਤ ਅਸੀਂ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਕਿ 5-6 ਓਵਰ ਦੇ ਵਿੱਚ ਅਸੀਂ ਉਹ ਕੰਪਲੀਟ ਕਰੀਏ ਇਨਸ਼ਾਅੱਲਾ ਅਤੇ ਤੁਹਾਡਾ ਕੀ ਤਵੱਕਾ ਹੈ ਕਿ ਕਿਤਨਾ ਸਕੋਰ ਹੋਵੇ ਤਾਂ ਅਸੀਂ ਆਰਾਮ ਨਾਲ ਚੇਜ਼ ਕਰਾਂਗੇ ਜਾਂ ਕਿਤਨਾ ਜ਼ਿਆਦਾ ਹੋ ਗਿਆ ਤਾਂ ਅਸੀਂ ਮਤਲਬ ਜਿਹੜਾ ਨਾ ਉਹ ਚੇਜ਼ ਕਰਨ ਦੀ ਪੋਜੀਸ਼ਨ ਨਹੀਂ ਹੋਵਾਂਗੇ ਅਸੀਂ ਇਨਸ਼ਾਅੱਲਾ ਤਾਲਾ 140-150 ਵੀ ਹੁੰਦਾ ਸਾਡੇ ਬੈਟਸਮੈਨ ਅੱਛੇ ਆ ਜੀ ਅਤੇ ਅਸੀਂ ਆਰਾਮ ਨਾਲ ਚੇਜ਼ ਕਰ ਸਕਦੇ ਹਾਂ ਕਿਹੜਾ ਬੈਟਸਮੈਨ ਅੱਛਾ ਤੁਹਾਡਾ ਸਾਡੇ ਵਿਕਾਸ ਪਿੰਡਾ ਵਿਕਾਸ ਇਰਫਾਨ ਜੀ ਫਰਿਆਦ ਫਿਜ਼ਾਨ ਮਿਰਜ਼ਾ ਸਤਾਜ ਜ਼ਫਰ ਹਾਂਜੀ 5-6 ਬੈਟਸਮੈਨ ਬੈਸਟ ਆਫ ਲੱਕ ਇਨਸ਼ਾਅੱਲਾ ਓ ਇੱਕ ਬਾਲ ਹੋ ਗਈ ਅਤੇ 2 ਸਕੋਰ ਸਲਾਰਾ ਸੀਸੀ ਬਾ ਮੁਕਾਬਲਾ ਖੁਰੜਿਆਣਾ ਕਲੱਬ ਹਰਲ ਕੰਪਲੈਕਸ ਚੱਕ ਨੰਬਰ 13 ਸਾੜ ਮੁਰਾਦ ਵਾਲਾ ਗਰਾਊਂਡ ਦੀ ਖੂਬਸੂਰਤੀ ਇੰਟਰਨੈਸ਼ਨਲ ਗਰਾਊਂਡ ਵਾਕੋ ਨੇ ਬਾਲਰ ਨੇਮ ਅਹਿਮਦ ਉਰਫ ਬੰਟੂ ਬਣਾ ਅੰਪਾਇਰ ਨੂੰ ਕ੍ਰਾਸ ਕੀਤਾ ਸ਼ਾਟ ਜ਼ਬਰਦਸਤ ਔਰ ਅੰਪਾਇਰ ਦਾ ਇਸ਼ਾਰਾ 4 ਚੌਕਾ
दो बाला छे स्कोर बालर बना पे क्रॉस किया बॉल सट्टी और कैच बच गया जबरदस्त बॉल जनाब अहमद उर्फ बंटू यंग स्टार सलारा सीसी दे बालर भना भैन क्रॉस किया ओ फील्ड मिस कबड्डी का प्लेयर है लेकिन क्रिकेट च आ गया है सिंगल स्कोर हाँ जी बालर भना भैन क्रॉस किया और बहुत ही प्यारा बॉल जबरदस्त क्या खूबसूरत गेंद आई बॉलर भना अंपायर क्रॉस किया बॉल उगाई और ब्यूटीफुल चक्का जबरदस्त बहुत ही प्यारा शॉट मिड ऑन दे पासे और तुसी इस टाइम देख रहे हो मेरा यूट्यूब चैनल मलकू भाई हाँ जी दूसरे बॉलर ओवर दी पहली बॉल कारी गुलाम शबीर और पहला ही छक्का अस्तगफिरुल्लाह या अल्लाह मेरी तौबा ब्यूटीफुल छक्का पहली बॉल ते पहला छक्का जी जनाब अली कारी गुलाम शबीर पहली बॉल ते पहला छक्का लग्या है और अगर बैट्समैन पांच छक्के और मरेंदा है तो जनाब अली दो शल्टा ते 1000 रुपया नगद अल्लाह सोने रख लिया सो ते बाल जनाब अली खाली काट गया है हराल कंपलेक्स जिला चनियोट चक नंबर 13 साढ़ मुराद आला कारी शबीर और ब्यूटी स्लो बॉल की पर अगू अंपायर बैट्समैन भी आख्या नहीं माइया इंज नहीं और जंदी की ग्राउंडू बाहर खिद्दू कारी साहब का जनाब ओ व्हाट अ ग्रेट फोर रन बहुत ही खूबसूरत जनाब अली खूबसूरत अंदाज के नाल बैट्समैन अपनी बैटिंग सर अंजाम दे रहा है हाँ जी कारी शबीर और एक बारी मोड़ लेग गल चौके वास्ते शॉट खेड़ता और अपना चौका मुकम्मल किया जी बॉलर बना अंपायर नु क्रॉस किया बॉल वगाई अगू कैच होवन का खदशा और अगे ओ यस कैच ड्रॉप मुबशर काली बहुत ही कमाल दा फील्डर आई लेकिन कैच मिस बड़ा कमाल का कैच छड़िया दिल मेरा करदा मैं चलो 1000 नहीं तो 500 तो नगद इनाम देवा ही ना इन्हों दो ओवर का खेड मुकम्मल 39 स्कोर खुरड़ियाला क्लब और जनाब बहुत ही खुरड़ियाला क्लब दे कैप्टन गल कीती कि अगर मेरे बैट्समैन ढिले हुए तो मैं छित्तर लैके बिच आ जाना है ये होंगी है कैप्टेंसी कमाल बंटू सलारा सीसी सामने जनाब ओ कैच होवन का खदशा थले जनाब नदीम और फदीमा कैच व्हाट अ कैच वेल डन बियो बहुत जबरदस्त कैच जबरदस्त भजन मौज मेला लाओ पूरा मैच वेखो दिलचस्प
ਬਾਲਰ ਬਣਾ ਪੈਰ ਨੂੰ ਕ੍ਰਾਸ ਕੀਤਾ ਤੇ ਮੇਰੇ ਖਿਆਲ ਮੁਤਾਬਕ ਜਿਹੜੇ ਖਿਲਾੜੀ ਵੱਲ ਬਾਲ ਗਿਆ ਭਾਵੇਂ 5 ਸਕੋਰ ਲੈ ਲਓ ਬਾਲਰ ਬਣਾ ਪੈਰ ਨੂੰ ਕ੍ਰਾਸ ਕੀਤਾ ਔਰ ਕੈਚ ਓਵਰ ਦਾ ਖਰਚਾ ਗੁਲਾਮ ਸ਼ਬੀਰ ਬੈਟਾ ਕੈਚ ਜ਼ਬਰਦਸਤ ਰਾਜਾ ਸ਼ਬਾਸ ਕੈਚ ਕਰਨ ਵਾਲੇ ਖਿਲਾੜੀ ਦਾ ਨਾਂ ਹੈ ਰਾਜਾ ਸ਼ਬਾਸ ਬੰਟੂ ਦੀ ਗੇਂਦ ਤੇ ਜਨਾਬ ਵਿਕਟ ਲਵਣ ਤੋਂ ਬਾਅਦ ਬੰਟੂ ਬਨਾਮ ਪੈ ਨੂੰ ਕ੍ਰਾਸ ਕੀਤਾ ਬਾਲ ਕੀਤੀ ਔਰ ਦੂਸਰਾ ਵੀ ਕੈਚ ਓਵਰ ਵੈਲ ਡਨ ਬਿਊਟੀਫੁਲ ਕੈਚ ਜ਼ਬਰਦਸਤ ਜ਼ਬਰਦਸਤ ਸਲਾਰਾ ਸੀਸੀ ਕਮ ਬੈਕ ਅਸਦ ਰਨਸੀ ਕੈਚ ਕੀਤਾ ਜਨਾਬ ਅਲੀ ਕਮਾਲ ਕੈਚ ਕੀਤਾ ਜਨਾਬ ਬਾਲਰ ਨੇ ਸਟਾਰ ਲਿਆ ਔਰ ਬਨਾ ਔਰ ਬਹੁਤ ਹੀ ਖੂਬਸੂਰਤ ਸ਼ਾਟ ਮਿਡ ਆਫ ਦੀ ਤਰਫ ਕਿਆ ਬਾਤ ਹੈ ਸਲਾਰਾ ਸੀਸੀ ਵਿਕਟਾਂ ਤਾਂ ਲਈਆਂ ਪਰ ਸਕੋਰ ਵੱਲੋਂ ਕੰਮ ਛਿੱਕੇ ਤਾਂ ਕੰਮ ਬਣਨਾ ਸਕੋਰ ਨਾਲ ਨਾਲ ਉਸ ਤਰ੍ਹਾਂ ਹੀ ਦੇ ਰਹੇ ਹਨ 3 ਓਵਰ ਮੁਕੰਮਲ ਸਕੋਰ ਬਾਕੀ ਰਹਿੰਦਾ 45 ਸਕੋਰ ਟੋਟਲ ਹੋ ਗਿਆ ਔਰ 55 ਬਕਾਇਆ ਰਹਿ ਗਿਆ ਹਾਂਜੀ ਜਨਾਬ ਅਲੀ ਬਾਲਿੰਗ ਤੇ ਆਏ ਫੈਸਲ ਅਯਾਤ ਉਰਫ ਨਾਜ਼ਿਮ ਰਾਣੇ ਦੇ ਸ਼ੁਕੀਨ ਇਹਨੂੰ ਚਾਹੀਦਾ ਮੁਸ਼ਰਫ ਜੰਜੂਏ ਨਾਲ ਕਬੱਡੀ ਦਾ ਮੈਚ ਖੇਡਦਾ ਇੱਧਰ ਕ੍ਰਿਕਟ ਹਾਂਜੀ ਬਨਾ ਉਹ ਵੈਲ ਕਿਆ ਬਾਤ ਹੈ ਕਮਾਲ ਗਲਤ ਥਰੋ ਔਰ ਇਸੇ ਤਰ੍ਹਾਂ ਜਨਾਬ ਅਲੀ ਸਿੰਗਲ ਰਾਹ ਜਾਂਦੇ ਦਾ ਬਣ ਗਿਆ ਬਾਲਰ ਬਣਾ ਅੰਪਾਇਰ ਨੂੰ ਕ੍ਰਾਸ ਕੀਤਾ ਬਾਲ ਵਗਾਈ ਔਰ ਵਾਟ ਆ ਗ੍ਰੇਟ ਸਿਕਸ ਹਾਂਜੀ ਕਿਆ ਬਾਤ ਹੈ ਬਿਊਟੀਫੁਲ ਛੱਕਾ ਇਸ ਵਕਤ ਜਨਾਬ ਅਲੀ ਮੈਚ ਹੋ ਰਿਹਾ ਹੈ ਚੱਕ 13 ਸਾੜ ਮੁਰਾਦ ਵਾਲਾ ਹਰਲ ਕੰਪਲੈਕਸ ਦੇ ਵਿੱਚ ਤੇ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਚਾਂਦ ਬਾਈ ਦਾ ਜਿਸ ਜਨਾਬ ਅਲੀ ਇੰਟਰਟੇਨਮੈਂਟ ਵਾਸਤੇ ਸਾਨੂੰ ਇਤਨੀ ਜ਼ਬਰਦਸਤ ਜਗ੍ਹਾ ਜਿਹੜੀ ਹੈ ਨਾ ਉਹ ਪ੍ਰੋਵਾਈਡ ਕੀਤੀ ਹਾਂਜੀ ਮੋਣਾ ਕ੍ਰਿਕਟ ਲੀਗ ਹਾਏ ਓਏ ਇੱਕ ਮੋੜ ਛੱਕਾ ਵਾਹ ਜੀ ਵਾਹ ਕੀ ਬਾਤ ਹੈ ਦੋ ਛੱਕੇ ਫੈਸਲਾ ਯਾਦ ਨੂੰ ਲੱਗ ਚੁੱਕੇ ਨੇ ਤੇ ਉਮੀਦ ਹੈ ਬਤਰੀਏ ਦੀ ਗੁੰਜਾਇਸ਼ ਕਾਹੀ ਨਹੀਂ ਰਾਣੀ ਫੈਸਲਾ ਯਾਦ ਇੱਕ ਵਾਰ ਫਿਰ ਬਣਾ ਬਾਲ ਕਰਾਈ ਔਰ ਮੋੜ ਛੱਕਾ ਕੈਚ ਓ ਵਾਟ ਆ ਕੈਚ ਜ਼ਬਰਦਸਤ ਕਮ ਬੈਕ ਜਨਾਬ ਅਲੀ ਕਰ ਲਿਆ ਉਸ ਜਨਾਬ ਦੋ ਛੱਕੇ ਜਲਣ ਤੋਂ ਬਾਅਦ ਫੈਸਲਾ ਯਾਦ ਵਿਕਟ ਲੈ ਗਿਆ ਲੋੜ ਕੀ ਬਣਿਆ ਹੈ ਇਸ ਟਾਈਮ ਜਨਾਬ ਅਲੀ ਫੈਸਲ ਯਾਤ ਸਟਾਰ ਲੈ ਰਹੇ ਹਨ ਭੱਜ ਵੱਗੇ ਨੇ ਅੰਪਾਇਰ ਨੂੰ ਕ੍ਰਾਸ ਕੀਤਾ ਬਾਲ ਕਰਾਈ ਔਰ ਕੈਚ ਹੋਣ ਦਾ ਬੈਲ ਕਰ ਸ਼ਬੀਰ ਕੈਚ ਛੋੜ ਦਿੱਤਾ ਔਰ ਅੰਪਾਇਰ ਦਾ ਇਸ਼ਾਰਾ ਵੇਖਣਾ ਪਊ ਸੀ ਅੰਪਾਇਰ ਦਾ ਇਸ਼ਾਰਾ ਨਾਟ ਆਊਟ ਅੰਪਾਇਰ ਦਾ ਇਸ਼ਾਰਾ ਨਾਟ ਆਊਟ ਰੋਲਾ ਪਿਆ ਹੋਇਆ ਹੈ ਅੰਪਾਇਰ ਦਾ ਫੈਸਲਾ ਹੱਥ ਮੀ ਲਿਖੀਤ ਹੋਇਆ ਹੈ ਮੁਦੱਸਰ ਪਿੱਟੋ ਪਿੱਟ ਪਿਆ ਕਰਦਾ ਹੈ ਲੇਕਿਨ ਮੇਰੇ ਖਿਆਲ ਮੁਤਾਬਕ ਜਿਹੜਾ ਅੰਪਾਇਰ ਨੇ ਫੈਸਲਾ ਦੇ ਦਿੱਤਾ ਹੈ ਉਹ ਹਤਮੀ ਹੈ ਤੂੰ ਉਹਦੇ ਨੇ ਕਰ ਸਿੱਧਾ ਵਾਲਾ ਜ਼ੂਮ ਕਰ ਕਾ
ਔਰ ਜੀ ਜਨਾਬ ਅਲੀ ਫੈਸਲ ਯਾਦ ਬਣਾ ਬਾਲ ਕਰਾਇਆ ਔਰ ਬਿਹਤਰੀਨ ਜ਼ਬਰਦਸਤ ਯੰਗ ਸਟਾਰ ਬਿਹਤਰੀਨ ਛੱਕਾ ਜਨਾਬ ਖੁਰੜਿਆਣਾ ਕਲੱਬ ਮੁਕਾਬਲਾ ਸਲਾਰਾ ਸੀਸੀ ਹਰਲ ਕੰਪਲੈਕਸ ਚੱਕ ਨੰਬਰ 13 ਸਾੜ ਮੁਰਾਦ ਵਾਲਾ ਚਾਰ ਓਵਰ ਦਾ ਖੇਲ ਮੁਕੰਮਲ 63 ਸਕੋਰ ਮੁਕੰਮਲ ਚਾਰ ਓਵਰਾਂ ਦਾ ਖੇਲ ਰਹਿ ਗਿਆ ਹੈ ਸਫਦਰ ਔਰ ਲੈਗ 'ਤੇ ਉਹ ਡਬਲ ਓਵਰ ਨਹੀਂ ਬਚ ਗਿਆ ਸਿੰਗਲ ਬਾਲਾਂ ਜ਼ਿਆਦਾ ਹਨ ਔਰ ਸਕੋਰ ਥੋੜ੍ਹੇ ਨੇ ਅਗਰ ਇੱਥੇ ਸਲਾਰਾ ਸੀਸੀ ਮੁਸਲਸਲ ਦੋ ਤੋਂ ਤਿੰਨ ਵਿਕਟਾਂ ਜਨਾਬ ਵਾਲੀ ਡਿੰਦੇ ਅਤੇ ਤਾਂ ਫਿਰ ਮੈਚ ਚੁੰਮਦੇ ਨੇ ਵਾਈਡ ਬਾਲ ਵਾਈਡ ਬਾਲ ਵਾਈਡ ਦੀ ਗੁੰਜਾਇਸ਼ ਕੋਈ ਨਹੀਂ ਐਕਸਟਰਾ ਦੀ ਕੋਈ ਗੁੰਜਾਇਸ਼ ਨਹੀਂ ਅੰਪਾਇਰ ਨੇ ਬਾਲਰ ਨੂੰ ਇਸ ਚੀਜ਼ 'ਤੇ ਗੌਰ ਕਰਨਾ ਚਾਹੀਦਾ ਬਾਲਰ ਬਣਾ ਅੰਪਾਇਰ ਨੂੰ ਕ੍ਰਾਸ ਕੀਤਾ ਬਾਲ ਵਗਾਈ ਔਰ ਜ਼ਬਰਦਸਤ ਕਿਸਮ ਦਾ ਸ਼ਾਟ ਹੋ ਸਕਦਾ ਛੱਕਾ ਹੋ ਜਾਵੇ ਹੋ ਸਕਦਾ ਛੱਕਾ ਹੋ ਜਾਵੇ ਹੋ ਸਕਦਾ ਛੱਕਾ ਉਹ ਯਾਰ ਕਮਾਲ ਕਮਾਲ ਵਾਟ ਅ ਗ੍ਰੇਟ ਕੈਚ ਜਨਾਬ ਰਾਜਾ ਸ਼ਬਾਜ਼ ਬਿਊਟੀਫੁਲ ਕੈਚ ਯਾਰ ਕਮਾਲ ਕਿਆ ਬਾਤ ਹੈ ਕਿਆ ਬਾਤ ਹੈ ਵੀਡੀਓ ਦੇ ਵਿੱਚ ਕੈਚ ਹੋ ਗਿਆ ਜਨਾਬ ਅਲੀ ਇਨਸ਼ਾਅੱਲਾ ਹਾਂਜੀ ਜ਼ਰੂਰ ਜ਼ਰੂਰ ਕਿਆ ਬਾਤ ਹੈ ਸਲਾਰਾ ਸੀਸੀ ਦਾ ਜਨਾਬ ਅਲੀ ਪਲੇਅਰ ਰਾਜਾ ਸ਼ਬਾਜ਼ ਓਲਡ ਇਜ਼ ਗੋਲਡ ਵਾਈਡ ਬਾਲ ਅੰਪਾਇਰ ਦਾ ਇਸ਼ਾਰਾ ਵਾਈਡ ਬਾਲ ਜੀ ਬਿਲਕੁਲ ਜਨਾਬ ਦੋ ਰਨਸ ਨਹੀਂ ਸਿੰਗਲ ਬੱਤੀ ਲੈਫਟ 32 ਸਕੋਰ ਰਹਿ ਗਿਆ ਵੀਹ ਬਾਲਾਂ ਬਕਾਇਆ ਹਾਂਜੀ ਸਫਦਰ ਬਣਾ ਅੰਪਾਇਰ ਨੂੰ ਕ੍ਰਾਸ ਕੀਤਾ ਬਾਲ ਸੱਟੀ ਔਰ ਮੇਰੇ ਖਿਆਲ ਮੁਤਾਬਿਕ ਨੋ ਬਾਲ ਹੋਣੀ ਚਾਹੀਦੀ ਔਰ ਨੋ ਬਾਲ ਅੰਪਾਇਰ ਦਾ ਇਸ਼ਾਰਾ ਨੋ ਬਾਲ ਬੰਦੇ ਦੇ ਮੂੰਹ ਦੇ ਉੱਤੇ ਵਗਾਈ ਸੋ ਇਹ ਵੀ ਕੋਈ ਬੰਦੇ ਆਈਏ ਫਰੀ ਹਿੱਟ ਸਫਦਰ ਓ ਵਾਓ ਵਾਟ ਅ ਗ੍ਰੇਟ ਬਾਲ ਬਾਲ ਤਾਂ ਮੈਂ ਥੁੱਕ ਸਿਰੜੀ ਲਾ ਗਿਆ ਮੈਨੂੰ ਲੱਗਦਾ ਹੈ ਬਾਲਰ ਥੱਕ ਪਿਆ ਨਹੀਂ ਤਸਮੇ ਬੰਦਾ ਪਿਆ ਮੇਰਾ ਘਟਿਆ ਘਟਾਇਆ ਪਹਿਲੇ ਨਾਲੋਂ ਲੰਮਾ ਸਟਾਰ ਲਿਆ ਸਫਦਰ ਵੇਖੋ ਕੀ ਬਣਦਾ ਬਾਲ ਇਸ ਬਾਲ 'ਤੇ ਕੋਈ ਨਾ ਕੋਈ ਰੋਲਾ ਪੈ ਜਾਣਾ ਇਹ ਬੰਨਾ ਅੰਪਾਇਰ ਨੂੰ ਕ੍ਰਾਸ ਕੀਤਾ ਬਾਲ ਸੱਟੀ ਔਰ ਮੇਰੇ ਖਿਆਲ ਸਿੰਗਲ ਹੋਣਾ ਚਾਹੀਦਾ ਹੈ ਔਰ ਸਿੰਗਲ ਸਕੋਰ ਬਾਲਰ ਦਾ ਵਜ਼ਨ ਜ਼ਿਆਦਾ ਹੈ ਔਰ ਆਵਰ ਵੀ ਲੰਮਾ ਹੋ ਗਿਆ ਹੈ ਬੰਨਾ ਅੰਪਾਇਰ ਨੂੰ ਕ੍ਰਾਸ ਕੀਤਾ ਉਸ ਬਾਲ ਵਗਾਈ ਉਸ ਔਰ ਸਿੰਗਲ ਬਿਹਤਰੀਨ ਆਵਰ ਬਿਹਤਰੀਨ ਆਵਰ ਬਾਲ ਪਲੇਟ ਦਾ ਔਰ ਨਾਟ ਪਲੇਟ ਦਾ ਰੌਲਾ ਪਿਆ ਲਿਆਦਾ ਅੰਪਾਇਰ ਦਾ ਫੈਸਲਾ ਪਲੇਟ ਬਾਲ ਸਿੰਗਲ ਸਕੋਰ ਜੀ ਦੋਸਤੋ ਮੈਚ ਬੜੇ ਹੀ ਦਿਲਚਸਪ ਮਰਹਿਲ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਰਾਜਾ ਸ਼ਬਾਜ਼
ਪਹਿਲਾ ਬਾਲ ਔਰ 6 ਵੈਲ ਡਨ ਵੈਲ ਡਨ ਖੁਰੜਿਆਂ ਵਾਲਾ ਕ੍ਰਿਕਟ ਕਲੱਬ 23 ਸਕੋਰ ਲੈਫਟ 17 ਬਾਲਾਂ ਰਾਜਾ ਸ਼ਬਾਜ਼ ਬਾਲਿੰਗ ਤੇ ਖੁਰੜਿਆਂ ਵਾਲਾ ਵੀ ਹੈ ਸਲਾਰਾ ਕ੍ਰਿਕਟ ਕਲੱਬ ਓ ਅੰਪਾਇਰ ਦਾ ਇਸ਼ਾਰਾ ਓਕੇ ਬਾਲ ਵੈਲ ਡਨ ਜੀ ਸ਼ੱਬੂ ਲੈਫਟ ਔਰ ਬਿਊਟੀਫੁਲ 6 ਜ਼ਬਰਦਸਤ ਅੱਧੀ ਚ ਬਾਲ ਜਨਾਬ ਮਾਰਿਆ ਉਸ ਅੱਗੋਂ ਬਹੁਤ ਹੀ ਪਿਆਰਾ ਛੱਕਾ ਮਾਰਿਆ ਬਹੁਤ ਹੀ ਜ਼ਬਰਦਸਤ ਖੇਡਿਆ ਔਰ ਇਸ ਤਰ੍ਹਾਂ ਆਪਣੇ ਟਾਰਗੇਟ ਦੇ ਵਿੱਚ ਸਕੋਰ ਜੜ ਦਿੱਤਾ ਰਾਜਾ ਸ਼ਬਾਜ਼ ਖੁਰੜਿਆਂ ਵਾਲਾ ਕ੍ਰਿਕਟ ਕਲੱਬ ਬੈਟਿੰਗ 'ਤੇ ਮੌਜੂਦ ਰਾਜਾ ਸ਼ਬਾਜ਼ ਬਣੇ ਅੰਪਾਇਰ ਨੂੰ ਕ੍ਰਾਸ ਕੀਤਾ ਬਾਲ ਵਗਾਈ ਔਰ ਇਸ ਤਰ੍ਹਾਂ ਫਿਰ ਇੱਕ ਛੱਕਾ ਯੈਸ ਵੈਰੀ ਗੁੱਡ ਯਾਰ ਬਹੁਤ ਸ਼ਹਿਜ਼ਾਦਾ ਕਮਾਲ 4 ਬਾਲਾਂ 'ਤੇ 3 ਛੱਕੇ ਰਾਜਾ ਸ਼ਬਾਜ਼ ਨੂੰ ਲੱਗ ਚੁੱਕੇ ਨੇ ਰਾਜਾ ਸ਼ਬਾਜ਼ ਬੰਨਾ ਭੈਣ ਨੂੰ ਕ੍ਰਾਸ ਕੀਤਾ ਅਤੇ ਵਾਈਡ ਬਾਲ 14 ਬਾਲਾਂ 13 ਸਕੋ ਦਸ ਰਹਿ ਗਿਆ ਜੀ ਸੋਰੀ ਜੀ 10 ਬਸ ਬਾਈ ਬਸ ਰਾਜਾ ਸ਼ਬਾਜ਼ ਕਿਸੇ ਵਕਤ 'ਤੇ ਬਹੁਤ ਹੀ ਕਮਾਲ ਔਰ ਇਸ ਟਾਈਮ ਕਿਆ ਚੁਮਣ ਦਾ ਖਰਚ ਵੈਲ ਡਨ ਕਮਾਲ ਬੰਟੂ ਭਾਈ ਨਹੀਂ ਰਾਜਾ ਸ਼ਬਾਜ਼ ਇਸ ਤਰ੍ਹਾਂ ਵਾਈਡ ਬਾਲ ਅੰਪਾਇਰ ਦਾ ਇਸ਼ਾਰਾ ਵਾਈਡ ਬਾਲ ਮੋਣਾ ਕ੍ਰਿਕਟ ਲੀਗ 13 ਚੱਕ ਜ਼ਿਲ੍ਹਾ ਚਨਿਓਟ ਹਰਲ ਕੰਪਲੈਕਸ ਰਾਜਾ ਸ਼ਬਾਜ਼ ਬੰਨੇ ਅੰਪਾਇਰ ਨੂੰ ਕ੍ਰਾਸ ਕੀਤਾ ਬਾਲ ਵਗਾਈ ਔਰ ਖਾਲੀ ਬਾਲ ਵੈਲ ਡਨ ਓਹੋ ਵਾਈਡ ਬਾਲ ਕਮਾਲ ਅੰਪਾਇਰ ਦਾ ਇਸ਼ਾਰਾ ਵਾਈਡ ਬਾਲ ਔਰ ਇਸੇ ਤਰ੍ਹਾਂ ਫਿਰ ਸ਼ਾਟ ਖੇਡਿਆ ਔਰ ਹੋ ਸਕਦਾ ਛੱਕਾ ਹੋ ਜਾਵੇ ਬਾਹਰ ਹਾਲ ਕੈਚ ਕੈਚ ਜੀ ਓਵਰ ਵਾਸਤੇ ਆਏ ਨੂੰ ਕਾਰੀ ਗੁਲਾਮ ਸ਼ਬੀਰ ਬਾਲ ਕਰਾਇਆ ਵਾਈਡ ਬਾਲ ਕਾਰੀ ਗੁਲਾਮ ਸ਼ਬੀਰ ਬਣੇ ਅੰਪਾਇਰ ਨੂੰ ਕ੍ਰਾਸ ਕੀਤਾ ਬਾਲ ਕਰਾਈ ਔਰ ਇਸੇ ਤਰ੍ਹਾਂ 4 ਚੌਕਾ ਆਪਣੇ ਟਾਰਗੇਟ ਨੂੰ ਆਸਾਨ ਕਰਦੇ ਹੋਏ ਜਨਾਬ ਬੈਲੀ ਚੌਕਾ ਸਲਾਰਾ ਸੀਸੀ ਵਾਸਤੇ ਮੈਚ 'ਚ ਵਾਪਸ ਆਉਣਾ ਬਹੁਤ ਹੀ ਮੁਸ਼ਕਿਲ ਕਾਰੀ ਸ਼ਬੀਰ ਔਰ ਇੱਕ ਦਫਾ ਫਿਰ ਚੰਗਾ ਸ਼ਾਟ ਖੇਡਿਆ ਬਹਰਾਲ 2 ਰਨਸ ਦਿਗਾਣੇ ਦੇ ਵੈਲ ਡਨ ਜੀ ਨਾਜ਼ਰੀਨ ਇੱਕ ਸਕੋਰ ਜਿਹੜਾ ਨਾ ਉਹ ਬਾਕੀ ਰਹਿ ਗਿਆ ਕਾਰੀ ਸ਼ਬੀਰ ਬੰਨੇ ਅੰਪਾਇਰ ਨੂੰ ਕ੍ਰਾਸ ਕੀਤਾ ਬਾਲ ਕਰਾਈ ਔਰ ਇਸੇ ਤਰ੍ਹਾਂ ਬਾਲ ਉਤਾਂ ਉੱਠਦਾ ਹੋਇਆ ਥੱਲੇ ਮੁਦਸਰ ਔਰ ਕੈਚ ਇਸੇ ਤਰ੍ਹਾਂ ਸਲਾਰਾ ਸੀਸੀ ਔਰ ਖੁਰੜਿਆਂ ਵਾਲਾ ਸੀਸੀ ਕਾਰੀ ਸ਼ਬੀਰ ਸਕੋਰ ਬਰਾਬਰ ਔਰ ਵਾਈਡ ਬਾਲ ਇਸੇ ਤਰ੍ਹਾਂ ਜਨਾਬ ਅਲੀ ਸਲਾਰਾ ਸੀਸੀ ਮੈਚ ਲੂਜ਼ ਹੋ ਗਿਆ ਔਰ ਖੁਰੜਿਆਂ ਵਾਲਾ ਵਿਨ ਵੈਲ ਡਨ ਖੁਰੜਿਆਂ ਵਾਲਾ ਜੀ ਸਲਾਰਾ ਸੀਸੀ ਬਾ ਮੁਕਾਬਲਾ ਖੁਰੜਿਆਂ ਵਾਲਾ ਕ੍ਰਿਕਟ ਕਲੱਬ ਔਰ ਇੱਕ ਅੱਛੇ ਮੁਕਾਬਲੇ ਤੋਂ ਬਾਅਦ ਜਨਾਬ ਖੁਰੜਿਆਂ ਵਾਲਾ ਸੀਸੀ ਵਿਨ ਬਹੁਤ ਹੀ ਜ਼ਬਰਦਸਤ ਜਨਾਬ ਬੈਟਿੰਗ ਕੀਤੀ ਬਾਲਿੰਗ ਕੀਤੀ ਔਰ ਫੀਲਡਿੰਗ ਕੀਤੀ ਜਿਹੜਾ ਵੀ ਮਿਹਨਤ ਕਰੇਗਾ ਉਹੀ ਜਿੱਤੇਗਾ
ਤੇ ਜਨਾਬ ਅਲੀ ਦੇ ਨਾਲ ਹੀ ਇਜਾਜ਼ਤ ਦਿਓ ਮਲਕੂ ਮਲਕੂ ਬਾਈ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਇਹਦੇ ਨਾਲ ਜਨਾਬ ਅੱਲਾ ਬੇਲੀ ਤੇ ਰੱਬ ਰਾਖਾ।